ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਤੁਸੀਂ ਵੇਖ ਰਹੇ ਹੋ ਕਥਾ ਗੁਰਬਾਣੀ ਵਿਚਾਰ ਜਿਹੜਾ ਬੰਦਾ ਇੱਕ ਓੰਕਾਰ ਦਾ ਉਪਾਸਕ ਹੈ ਇਹਦਾ ਜਾਪ ਕਰਦਾ ਹੈ ਉਹ ਜਿਹੜੀ ਵੀ ਗੱਲ ਕਹੇਗਾ ਰੱਬ ਉਸ ਦੀ ਗੱਲ ਜਰੂਰ ਮੰਨਦਾ ਹੈ ਉਹ ਜੋ ਕਹਿ ਦੇਵੇ ਉਹੀ ਹੋ ਜਾਂਦਾ ਹੈ ਬਹੁਤ ਹੀ ਵੱਡੀ ਅਵਸਥਾ ਦੇ ਮਾਲਕ ਹੁੰਦੇ ਨੇ ਉਹ ਜਿਨ੍ਹਾਂ ਨੇ ਬੜੇ ਚਿੰਤਨ ਕੀਤੇ ਨੇ ਮੂਲ ਮੰਤਰ ਦੇ ਨਾਮ ਜਪੇ ਨੇ ਅਭਿਆਸ ਕੀਤੇ ਨੇ ੴ ਸਤਨਾਮ ਕਰਤਾ ਪੁਰਖ ਕਰਦੇਆ ਕਰਦੇਆ ਰਾਤ ਦਿਨ ਇੱਕ ਰੂਪ ਵਿੱਚ ਹੋ ਗਏ ਨੇ 25 30 ਸਾਲ ਪਹਿਲਾਂ ਦੀ ਗੱਲ ਹੈ ਇੱਕ ਮਹਾਂਪੁਰਖ ਜੀ ਕਲਕੱਤੇ ਗਏ ਕਲਕੱਤੇ ਸਿੰਘਾ ਦਤ ਨਾ ਲੈਣ ਜਾਣਾ ਸੀ ਕਲਕੱਤੇ ਤੋਂ ਬਾਹਰ-ਬਾਹਰ ਉੱਥੇ ਇੱਕ ਸਾਧੂ ਰਹਿੰਦਾ ਸੀ ਇੱਕ ਫਕੀਰ ਜੋ ਤੰਤਰ ਮੰਤਰ ਜਾਣਦਾ ਸੀ ਜੇ ਕਿਸੇ ਨੇ ਜਾਣਾ ਉਹਦੇ ਕੋਲ ਬਸ ਉਹਨੂੰ ਆਦਤ ਸੀ ਕਈਆਂ ਨੂੰ ਪੁੱਠੀ ਆਦਤ ਹੁੰਦੀ ਹੈ ਸ਼ੈਤਾਨ ਹੁੰਦੇ ਨੇ ਉਹ ਉਹਨੇ ਇੱਕ ਧਾਗਾ ਜਾਂ ਉਹਨੂੰ ਫੜਾਉਣਾ ਅਤੇ ਕਹਿਣਾ ਆਹ ਫੜੀ ਜਰਾ ਇਹਨੂੰ ਆਪਾਂ ਵਟ ਦਈਏ ਉਨੇ ਧਾਗੇ ਨੂੰ ਵਟਾ ਜਾ ਦੇਂਦਿਆਂ ਦੇਂਦਿਆਂ ਉਹਨੇ ਮੂੰਹ 'ਚ ਮੰਤਰ ਪੜੀ ਜਾਣਾ ਧਾਗੇ ਨੇ ਤਾਂਬੇ ਦੀ ਤਾਰ ਬਣ ਜਾਣਾ ਉਹ ਛੱਡ ਦਿੰਦਾ ਸੀ ਆਪਣੇ ਹੱਥ 'ਚੋਂ ਉਹ ਜਿਹੜਾ ਬੰਦਾ ਫੜ ਕੇ ਰੱਖਦਾ ਸੀ ਉਹਦੇ ਗਲ ਤੇ ਵੱਜਦੀ ਸੀ ਜਾ ਕੇ ਤੇ ਉਹਦਾ ਗਲਾ ਵੱਢ ਦਿੰਦੀ ਸੀ ਉਹ ਬੰਦਾ ਮਾਰ ਦਿਆ ਕਰੇ ਜਿਹੜਾ ਸਿੰਘ ਦਤਨਾ ਲੈਣ ਗਿਆ ਸੀ ਉਹ ਮੂਲ ਮੰਤਰ ਦਾ ਪਾਠ ਲਗਭਗ 22 ਘੰਟੇ ਕਰਦਾ ਸੀ ਹਰ ਰੋਜ਼ ਬਸ 2 ਘੰਟੇ ਸੌਣਾ ਉਹਨੇ ਜਦੋਂ ਉਹ ਸਾਧੂ ਦੇ ਕੋਲ ਗਿਆ ਤਾਂ ਸਾਧੂ ਕਹਿੰਦਾ ਭਾਈ ਫੜੀ ਮੜਾ ਜਾ ਵਟ ਦੇਈਏ ਉਹ ਧਾਗੇ ਨੂੰ ਵਟ ਦੇਣ ਲੱਗ ਪਿਆ ਨਾਲ-ਨਾਲ ਉਹ ਮੂਲ ਮੰਤਰ ਦਾ ਪਾਠ ਮੂੰਹ 'ਚ ਪੜੀ ਗਿਆ ਸਿੰਘ ਨੂੰ ਕੀ ਪਤਾ ਸੀ ਕੀ ਚੱਕਰ ਸੀ ਉਹਨੇ ਸੋਚਿਆ ਵੈਸੇ ਹੀ ਕੋਈ ਮਹਾਤਮਾ ਹੋਣਾ ਹੈ ਤਾਂ ਕੇ ਨੂੰ ਵਟਦੇ ਜਾ ਰਿਹਾ ਏ ਉਹ ਸਾਧੂ ਵਟ ਦੇਈ ਜਾਵੇ ਤੇ ਮੰਤਰ ਪੜ੍ਹੀ ਜਾਵੇ ਹੁਣ ਤੁਹਾਨੂੰ ਪਤਾ ਹੈ ਜਿੱਥੇ ਮੂਲ ਮੰਤਰ ਹੈ ਉੱਥੇ ਛੋਟੇ ਮੋਟੇ ਮੰਤਰ ਕੀ ਕਰਨਗੇ ਉਹ ਸਾਧੂ ਨੇ ਜਦੋਂ ਤਾਰਜੀ ਛੱਡੀ ਉਹ ਉਲਟ ਕੇ ਸਾਧੂ ਦੇ ਹੀ ਵੱਜੀ ਉਹ ਉੱਥੇ ਹੀ ਚੜ੍ਹਾਈ ਕਰ ਗਿਆ ਫਿਰ ਮਹਾਤਮਾ ਨੂੰ ਆ ਕੇ ਦੱਸਿਆ ਕਹਿੰਦੇ ਬਚ ਗਏ ਤੂੰ ਅੱਜ ਮੂਲ ਮੰਤਰ ਦਾ ਪਾਠ ਜੋ ਕਰਦਾ ਸੀ ਨਾ ਤਾ ਬਚ ਗਏ ਆ ਮੂਲ ਮੰਤਰ ਜੋ ਹੈ ਨਾ ਰੱਖਿਆ ਕਰਦਾ ਹੈ ਜੋ ਕਹਿੰਨੇ ਆ ਉਹੀ ਬਣ ਜਾਂਦਾ ਹੈ ਇਹ ਸਾਰੀਆਂ ਮੂਲ ਮੰਤਰ ਦੀਆਂ ਬਰਕਤਾਂ ਨੇ ਇਸ ਕਰਕੇ ਮੂਲ ਮੰਤਰ ਦਾ ਜਾਪ ਜ਼ਰੂਰ ਕਰਿਆ ਕਰੋ ਸੰਗਤ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੇਕਰ ਤੁਹਾਨੂੰ ਇਹ ਵੀਡੀਓ ਪਸੰਦ ਆਈ ਹੈ ਤਾਂ ਲਾਈਕ ਅਤੇ ਸ਼ੇਅਰ ਜ਼ਰੂਰ ਕਰਿਓ ਅਤੇ ਹੋਰ ਨਵੀਆਂ ਵੀਡੀਓਜ਼ ਲਈ ਚੈਨਲ ਨੂੰ ਸਬਸਕ੍ਰਾਈਬ ਵੀ ਕਰ ਲਵੋ